ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ, ਜਿੰਨੇ ਵਜੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ। ਤੁਹਾਡੇ ਖਾਤਰ ਬਹੁਤ ਸਾਰੀ ਮਸ਼ੀਨਰੀਆਂ ਇੱਕ ਵਾਰ ਫਿਰ ਤੋਂ ਆਪਾਂ ਲੈ ਕੇ ਪਹੁੰਚੇ, ਜਿਵੇਂ ਕਿ ਹਰ ਰੋਜ਼ ਆਪਾਂ ਲੈ ਕੇ ਪਹੁੰਚਦੇ ਹਾਂ ਜੀ, ਅਤੇ ਪੂਰੀ ਮਸ਼ੀਨਰੀਆਂ ਦੀ ਆਪਾਂ ਗੱਲ ਕਰਾਂਗੇ ਇਕੱਲੀ ਇਕੱਲੀ। ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਅਤੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਕਿਸੇ ਵੀ ਤਰ੍ਹਾਂ ਦੀ, ਤੁਹਾਡੇ ਕੋਲ ਕੋਠੀ ਹੈ, ਮਕਾਨ ਹੈ, ਘਰ ਹੈ, ਮੋਟਰਸਾਈਕਲ ਹੈ, ਹਵੇਲੀ ਹੈ, ਕੁਛ ਵੀ ਹੈ ਜੀ, ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ। ਨੰਬਰ ਹੈ ਜੀ ਆਪਣਾ 78 140 38 764। ਆਪਣੇ ਕੋਲ ਭੇਜ ਦਿਓ ਇੱਕ ਵੀਡੀਓ, ਪੂਰੀ ਜਾਣਕਾਰੀ, 5 ਤੋਂ 7 ਫੋਟੋਆਂ, ਐਡ ਆਪਾਂ ਫਰੀ 'ਚ ਤੁਹਾਡੀ ਲਗਾ ਦੇਵਾਂਗੇ। ਪਹਿਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ, ਆਪਣੇ ਕੋਲ ਪਹਿਲੀ ਜਿਹੜੀ ਪਹੁੰਚੀ ਹੈ ਗੱਡੀ ਪਹੁੰਚੀ ਹੈ i20 ਟੋਪ ਮਾਡਲ ਗੱਡੀ ਹੈ, 19 ਦੀ 19 ਮਾਡਲ ਹੈ, ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਦਾ ਏਰੀਆ। ਕੁੱਲ 62,000 ਚੱਲੀ ਹੋਈ ਹੈ ਗੱਡੀ ਦੀ, ਕੰਡੀਸ਼ਨ ਆਲ ਓਕੇ ਹੈ ਅਤੇ ਨਵੇਂ ਟਾਇਰਾਂ 'ਚ ਹੈ ਗੱਡੀ, ਆਲ ਓਕੇ ਹੈ ਜੀ, ਕੋਈ ਨਾ ਤਾਂ ਡੈਮੇਜ ਹੈ ਨਾ ਕੋਈ ਐਕਸੀਡੈਂਟਡ ਹੈ, ਮਾਲਕ ਨੇ ਸਾਰਾ ਕੁਛ ਦੱਸਿਆ ਹੋਇਆ ਅਤੇ ਮਾਲਕ ਨੇ ਕਿਹਾ ਬਹੁਤ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ, ਘਰ ਦੀ ਗੱਡੀ ਹੈ, ਪਰਸਨਲ ਚਲਾਈ ਹੋਈ ਹੈ। ਰੇਟ ਮਾਲਕ ਨੇ 5,20,000 ਰੁਪਈਆ ਇੱਕ ਵਾਰ ਕਿਹਾ ਅਤੇ ਕਹਿੰਦੇ ਸੀਗੇ ਮੌਕੇ 'ਤੇ ਘਾਟਾ ਵਾਧਾ ਹੋ ਜੂਗਾ ਅਤੇ ਕਾਗਜ਼ ਪੱਤਰ ਜੋ ਵੀ ਕੁਛ ਹੁੰਦਾ ਸਾਰਾ ਕੁਛ ਆਪਾਂ ਨੂੰ ਮਿਲ ਜੂਗਾ। ਅਤੇ ਜਿਨ੍ਹਾਂ ਦੀ ਗੱਡੀ ਹੈ 77 400 30 65 360 ਆਹ ਨੰਬਰ ਹੈ। ਸੈਕਿੰਡ ਗੱਡੀ ਆਪਣੇ ਕੋਲ ਐਂਡੀਗੋ ਪਹੁੰਚੀ ਹੈ, 2013 ਮਾਡਲ ਗੱਡੀ ਹੈ ਜੀ ਆਹ, 21 ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਆ, ਪਠਾਨਕੋਟ ਤੋਂ ਗੱਡੀ ਆਪਣੇ ਕੋਲ ਪਹੁੰਚੀ ਹੈ ਜੀ। ਦੋ ਟਾਇਰ ਤਾਂ ਦੇ 60 ਪੈਸੇ ਮਿਲ ਜਾਣਗੇ, ਦੋ ਟਾਇਰ ਜ਼ਿਆਦਾ ਪਏ ਹੈ 75-80 ਪੈਸੇ। ਕੰਡੀਸ਼ਨ ਗੱਡੀ ਦੀ ਵਧੀਆ ਪਈ ਹੈ, ਸੋਹਣੀ ਗੱਡੀ ਆ, ਸਾਫ਼ ਮਾਲਕ ਨੇ ਵਧੀਆ ਰੱਖੀ ਹੋਈ ਹੈ ਅਤੇ ਮਾਲਕ ਜਿਹੜੇ ਹੈਗੇ ਆਪ ਉਹ ਸਰਕਾਰੀ ਨੌਕਰੀ ਕਰਦੇ ਨੇ ਜੀ। 21 ਡਿਮਾਂਡ ਆ, ਲੈਸ ਵੈਸ ਹੋ ਜੂਗਾ ਅਤੇ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ, ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ, ਕਾਗਜ਼ ਪੱਤਰ ਕੰਪਲੀਟਡ ਆਪਾਂ ਨੂੰ ਮਿਲ ਜਾਣਗੀ। ਅਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ 97-791-35-104। ਹੁਣ ਤੁਸੀਂ ਦੇਖੋ ਜੀ, ਅਲਟੋ ਬਲੈਕ ਕਲਰ ਦੀ ਗੱਡੀ, ਤੁਸੀਂ ਕਾਫੀ ਡਿਮਾਂਡ ਪਾ ਰਹੇ ਸੀਗੇ ਅਲਟੋ ਗੱਡੀ ਵਾਸਤੇ, ਲੈ ਕੇ ਪਹੁੰਚੇ ਆਪਾਂ, ਕਾਲੇ ਰੰਗ ਦੀ ਗੱਡੀ ਹੈ ਅਤੇ ਮਾਡਲ 2007 ਹੈਗਾ, 2027 ਤੱਕ ਪਾਸਿੰਗ ਇਹਦੀ ਰਿਨਿਊ ਕਰਵਾਈ ਹੋਈ ਹੈ, RC ਵੈਲਿਡ ਹੈ 27 ਤੱਕ। 1,53,000 ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਹੈ, ਬਰਨਾਲੇ ਏਰੀਆ 'ਚ ਸੰਧੂ ਕਲਾਂ ਪਿੰਡ ਘਰੇ ਮਾਲਕ ਦੀ ਗੱਡੀ ਆਹ ਖੜ੍ਹੀ ਹੈ ਜੀ। ਗੱਡੀ ਆਹ ਬਹੁਤ ਵਧੀਆ, ਕੋਈ ਨੁਕਸ ਨਹੀਂ ਅਤੇ ਮਾਲਕ ਨੇ ਵਧੀਆ ਰੱਖੀ ਹੋਈ ਹੈ, ਸ਼ੌਂਕ ਨਾਲ ਰੱਖੀ ਹੋਈ ਹੈ। 51 ਡਿਮਾਂਡ ਆ, ਲੈਸ ਵੈਸ ਹੋ ਜੂਗਾ, ਕਿਸੇ ਨੂੰ ਵੀ ਗੱਡੀ ਆ ਪਸੰਦ ਆਈ ਹੋਵੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ, ਚਲਾ ਕੇ ਦੇਖ ਸਕਦੇ ਹੋ ਅਤੇ ਮਾਲਕ ਨੇ ਕਿਹਾ ਫੁੱਲ ਗਰੰਟੀ ਆ ਹਰ ਪਾਸੋਂ ਹਰ ਚੀਜ਼ ਦੀ ਅਤੇ ਤੁਸੀਂ ਖਰੀਦ ਸਕਦੇ ਹੋ ਜੀ, ਜਾ ਕੇ ਦੇਖ ਕੇ ਚਲਾ ਕੇ ਦੇਖ ਕੇ ਅਤੇ ਖਰੀਦ ਸਕਦੇ ਹੋ ਜੀ। ਅਤੇ ਨੰਬਰ 62-800-26-511 ਨੰਬਰ ਆਪਾਂ ਸਕਰੀਨ 'ਤੇ ਵੀ ਦੇ ਰੱਖਿਆ, ਤੁਸੀਂ ਕਨਫਰਮ ਕਰ ਲਿਓ ਜੀ। ਹੁਣ ਤੁਸੀਂ ਦੇਖੋ ਜੀ, ਬਲੈਰੋ ਗੱਡੀ ਆਪਣੇ ਕੋਲ, ਮਾਲਕ ਨੇ ਬਲੈਰੋ ਗੱਡੀ 2007 ਮਾਡਲ ਭੇਜੀ ਹੈ, ਟਾਇਰ ਬਹੁਤ ਵਧੀਆ ਪਏ ਨੇ, ਨਵੇਂ ਵਾਂਗੂ ਟਾਇਰ ਨੇ ਅਤੇ ਗੱਡੀ ਖੜ੍ਹੀ ਹੈ ਮਾਨਸਾ ਏਰੀਏ 'ਚ ਅਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ, ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਜੀ, ਕੋਈ ਨੁਕਸ ਨਹੀਂ ਗੱਡੀ 'ਚ ਮਾਲਕ ਨੇ ਦੱਸਿਆ, 7 ਮਾਡਲ ਹੈ ਫਿਰ ਵੀ ਗੱਡੀ ਵਧੀਆ ਰੱਖੀ ਹੋਈ ਹੈ ਇਹਨਾਂ ਨੇ, 2,40 ਡਿਮਾਂਡ ਹੈ, 2,40,000 ਰੁਪਇਆ। ਅਤੇ ਮਾਲਕ ਨੇ ਆਖਿਆ ਜੀ ਰੇਟ ਜਿਹੜਾ ਹੈਗਾ ਉੱਪਰ ਨੀਚੇ ਮੌਕੇ 'ਤੇ ਹੋ ਜੂਗਾ, ਇੱਕ ਵਾਰੀ ਸਿਰਫ ਡਿਮਾਂਡ ਹੈਗੀ, ਤੁਸੀਂ ਜਾ ਕੇ ਦੇਖਣੀ ਹੋਵੇ, ਕਿਸੇ ਮੇਰੇ ਭਰਾ ਨੇ, ਮੇਰੇ ਵੱਡੇ ਬਜ਼ੁਰਗ ਨੇ, ਕਿਸੇ ਨੇ ਵੀ ਗੱਡੀ ਦੇਖਣੀ ਹੋਵੇ ਚਲਾ ਕੇ ਦੇਖਣੀ ਹੋਵੇ ਤੁਸੀਂ ਜਾ ਕੇ ਦੇਖ ਸਕਦੇ ਹੋ ਅਤੇ ਗੱਲ ਤੁਸੀਂ ਆਪੇ ਮਾਲਕ ਨਾਲ ਕਰ ਲਿਓ ਜੀ। ਨੰਬਰ ਆਪਾਂ ਮਾਲਕ ਦਾ ਸਕਰੀਨ 'ਤੇ ਦੇ ਹੀ ਰੱਖਿਆ ਗਾ, ਨੰਬਰ ਹੈ 98-417-15,000 ਪੂਰਾ ਜੀ।
ਨੰਬਰ ਤੁਹਾਨੂੰ ਮਿਲ ਗਿਆ ਅਤੇ ਵੀਡੀਓ ਤੁਸੀਂ ਦੇਖ ਰਹੇ ਹੋ ਅਤੇ ਵੀਡੀਓ ਹਾਲੇ ਤੱਕ ਖਤਮ ਨਹੀਂ ਹੋਈ ਸੀ। ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਏ 'ਚੋਂ ਦੇਖ ਰਹੇ ਹੋ, ਚਾਹੇ ਪਿੰਡ 'ਚੋਂ ਚਾਹੇ ਸ਼ਹਿਰ 'ਚੋਂ ਕਿਤੋਂ ਵੀ ਦੇਖ ਰਹੇ ਹੋ ਜੀ, ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ। ਅਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ, ਅਤੇ ਤੁਹਾਡੇ ਕੋਲ ਵੀ ਵੇਚਣ ਵਾਸਤੇ ਕੁਛ ਹੈ ਜਿਵੇਂ ਕੋਠੀ, ਘਰ, ਮਕਾਨ, ਕੁਛ ਵੀ ਜੀ, ਜਾਂ ਫਿਰ ਗੱਡੀ, ਮੋਟਰਸਾਈਕਲ, ਅਤੇ ਤੁਸੀਂ ਐਡ ਕਰਵਾਉਣੀ ਹੈ, ਵੇਚਣਾ ਚਾਹੁੰਦੇ ਹੋ, ਆਪਣੇ ਕੋਲ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ। ਆਪਾਂ ਜਿਹੜੀ ਐਡ ਕਰਦੇ ਬਿਲਕੁਲ ਫ੍ਰੀ ਦੇ ਵਿੱਚ ਕਰਦੇ ਹਾਂ ਜੀ, ਕੋਈ ਕਮਿਸ਼ਨ, ਕੋਈ ਖਰਚਾ ਵਰਚਾ ਕੁਛ ਨਹੀਂ ਆਪਾਂ ਲੈਂਦੇ ਜੀ, ਸਾਰਾ ਕੰਮ ਆਪਣਾ ਜਮ੍ਹਾਂ ਫ੍ਰੀ 'ਚ ਹੈ। ਤੁਸੀਂ ਭੇਜ ਕੇ ਐਡ ਕਰਵਾ ਸਕਦੇ ਹੋ, ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ ਵਾਰ ਚੱਲਦੇ ਰਹਿੰਦੇ ਜੀ। ਅਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜ਼ਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ, ਠੀਕ ਆ ਜੀ। ਅਤੇ ਵਧੀਆ ਲੱਗੀ ਜੇ ਵੀਡੀਓ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ, ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਸਾਰੇ ਜਣੇ ਜ਼ਰੂਰ ਦੱਬ ਦਿਓ ਜੀ, ਲਾਈਕ ਮਾਰ ਦਿਓ ਸਾਰੇ ਜਣੇ, ਠੀਕ ਆ ਜੀ। ਅਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ। ਆਪਣੇ ਕੋਲ ਜਿਹੜੀ ਅਗਲੀ ਮਸ਼ੀਨਰੀ ਪਹੁੰਚੀ, ਆਪਣੇ ਕੋਲ ਐਕਟਿਵਾ ਸਕੂਟੀ ਭੇਜੀ ਹੈ ਜੀ, 2015 ਮਾਡਲ ਸਕੂਟੀ ਹੈ ਜੀ ਆਹ। ਤੁਹਾਡੇ ਕਮੈਂਟ ਮੈਂ ਕਾਫੀ ਚੈੱਕ ਕੀਤੇ ਸੀਗੇ ਅਤੇ ਤੁਸੀਂ ਐਕਟਿਵਾ ਸਕੂਟੀ ਵਾਸਤੇ ਕਾਫੀ ਕਮੈਂਟ ਪਾ ਰਹੇ ਸੀਗੇ, ਅਤੇ ਮੇਰੀਆਂ ਭੈਣਾਂ ਅਤੇ ਮੇਰੀਆਂ ਮਾਤਾਵਾਂ ਇਹਨਾਂ ਨੇ ਵੀ ਕਾਫੀ ਕਮੈਂਟ ਪਾਏ ਹੋਏ ਸੀਗੇ ਸਕੂਟੀ ਵਾਸਤੇ। ਅਤੇ ਲੈ ਕੇ ਆਪਾਂ ਪਹੁੰਚੇ ਹਾਂ, 15 ਮਾਡਲ ਹੈ ਇਹਨਾਂ ਦਾ, ਏਰੀਆ ਮਲੇਰਕੋਟਲ ਹੈ ਜੀ, ਜਿਨ੍ਹਾਂ ਦੀ ਆਹ ਸਕੂਟੀ ਹੈ ਜੀ ਮਲੇਰਕੋਟਲੇ ਆਹ ਸਕੂਟੀ ਖੜੀ ਹੈ। 26,000 ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਹੈ ਜੀ। ਅਤੇ ਇਹਦੇ ਟਾਇਰ ਵਧੀਆ ਪਏ ਨੇ, 70 ਤੋਂ 75 ਪੈਸੇ, ਨੁਕਸ ਕੋਈ ਨਹੀਂ ਮਿਲਣਾ ਆਪਾਂ ਨੂੰ। ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ, ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ, ਮਾਲਕ ਨੇ ਕਿਹਾ ਕਿਵੇਂ ਮਰਜ਼ੀ ਚੈੱਕ ਕਰ ਲਿਓ ਜੀ। ਸਿਰਫ 26,000 ਰੁਪਇਆ ਇੱਕ ਵਾਰੀ ਮੰਗਿਆ, ਕਾਗਜ਼ ਪੱਤਰ ਆਪਾਂ ਨੂੰ ਮਿਲ ਜਾਣਗੇ ਅਤੇ ਸਰਵਿਸ ਸਾਰੀ ਹੋਈ ਹੈ। ਬਾਕੀ ਤੁਹਾਡੇ ਸਾਹਮਣੇ ਸਕੂਟੀ ਹੈ, ਚਾਰੇ ਪਾਸੋਂ ਫੋਟੋਆਂ ਇਹਨਾਂ ਨੇ ਵਧੀਆ ਖਿੱਚ ਕੇ ਭੇਜੀਆਂ ਅਤੇ ਤੁਹਾਡੇ ਸਾਹਮਣੇ ਫੋਟੋਆਂ ਚੱਲ ਰਹੀਆਂ ਜੀ। ਅਤੇ ਜਿਨ੍ਹਾਂ ਦੀ ਸਕੂਟੀ ਹੈ 83-608-18-706, ਇਸ ਨੰਬਰ 'ਤੇ ਗੱਲ ਤੁਸੀਂ ਆਪੇ ਕਰ ਲਿਓ। ਹੁਣ ਆਪਾਂ ਗੱਲ ਕਰਾਂਗੇ, ਆਪਣੇ ਕੋਲ ਇੱਕ ਫੋਰਚੂਨਰ ਗੱਡੀ ਮਾਲਕ ਨੇ ਭੇਜੀ ਆ, ਫੋਰਚੂਨਰ ਆਟੋਮੈਟਿਕ ਗੱਡੀ ਆ ਜੀ, 2013 ਮਾਡਲ ਆ ਅਤੇ 11.5 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਕਿਹਾ ਜੀ। ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਦਾ ਏਰੀਆ ਗਾ, ਕੰਡੀਸ਼ਨ ਆਲੋਕੇ ਹੈ, ਕੋਈ ਨਾ ਤਾਂ ਇੱਕ ਝਰੀਟ ਹੈ, ਨਾ ਕੋਈ ਡੈਮੇਜ ਹੈ, ਨਾ ਕੋਈ ਐਕਸੀਡੈਂਟਡ ਹੈ, ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਹੈ ਅਤੇ 75 ਪੈਸੇ ਦੇ ਟਾਇਰ ਆਪਾਂ ਨੂੰ ਮਿਲ ਜਾਣਗੇ ਜੀ। ਗੱਡੀ ਇੱਕ ਨੰਬਰ ਹੈ, ਸਾਰੇ ਡਾਕੂਮੈਂਟ ਜਿੰਨੇ ਵੀ ਕਾਗਜ਼ ਪੱਤਰ ਹੁੰਦੇ ਸਾਰਾ ਕੁਛ ਆਪਾਂ ਨੂੰ ਵਧੀਆ ਮਿਲ ਜੂਗਾ। ਤੁਸੀਂ ਚਲਾ ਕੇ ਦੇਖਣੀ ਹੋਵੇ ਗੱਡੀ ਚਲਾ ਕੇ ਦੇਖ ਲਿਓ, ਕਿ ਮਰਜ਼ੀ ਚੈੱਕ ਕਰ ਲਿਓ, ਮਾਲਕ ਨੇ ਕਿਹਾ ਫੁੱਲ ਗਰੰਟੀ ਹੈ ਹਰ ਪਾਸੋਂ ਜੀ। ਬਾਕੀ ਅੰਦਰੋਂ ਮਿਊਜ਼ਿਕ ਸਿਸਟਮ, ਏਸੀ ਹੀਟਰ, ਸਾਰੇ ਫੰਕਸ਼ਨ A to Z ਵਰਕਿੰਗ 'ਚ ਹੈ, 1 ਰੁਪਇਆ ਆਪਾਂ ਨੂੰ ਗੱਡੀ 'ਤੇ ਲਾਉਣ ਦੀ ਜ਼ਰੂਰਤ ਹੈ ਨਹੀਂ ਗੀ। ਬਾਕੀ ਤੁਹਾਡੇ ਸਾਹਮਣੇ ਆ ਜੀ, ਤੁਸੀਂ ਦੇਖ ਲਓ। ਅਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ 'ਤੇ ਦੇ ਵੀ ਰੱਖਿਆ ਜੀ, ਨੰਬਰ 98-557-00-555। ਹੁਣ ਆਪਾਂ ਗੱਲ ਕਰਾਂਗੇ, ਆਪਣੇ ਕੋਲ ਜੈਨ ਅਸਟੀਲੋ ਗੱਡੀ ਮਾਲਕ ਨੇ ਭੇਜੀ ਹੈ, ਮਾਡਲ 2007 ਹੈ ਜੀ, 7 ਮਾਡਲ ਗੱਡੀ ਹੈ, ਫਾਸਟ ਓਨਰ ਹੈ, 58,000 ਰੁਪਇਆ ਡਿਮਾਂਡ ਹੈ ਜੀ। ਗੱਡੀ ਖੜ੍ਹੀ ਹੈ ਬਟਾਲੇ ਏਰੀਆ 'ਚ, ਕੰਡੀਸ਼ਨ ਆਲੋਕੀ ਹੈ ਅਤੇ ਰੰਗ ਤੁਸੀਂ ਆਪੇ ਦੇਖ ਲਓ, ਇੰਜਣ ਗੇਅਰ ਵੱਲੋਂ ਕੋਈ ਨੁਕਸ ਨਹੀਂ ਮਾਲਕ ਨੇ ਦੱਸਿਆ ਅਤੇ ਨੰਬਰ ਆਪਾਂ ਸਕਰੀਨ 'ਤੇ ਮਾਲਕ ਦਾ ਦੇ ਹੀ ਰੱਖਿਆ ਜੀ। ਬਾਕੀ ਵੀਡੀਓ ਦੀ ਆਪਾਂ ਗੱਲਬਾਤ ਪੂਰੀ ਕਰ ਲਈ, ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ, ਪਸੰਦ ਆਈ ਹੈ ਜੀ, ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਨੂੰ ਕਰੋ ਜੀ ਸਬਸਕ੍ਰਾਈਬ। ਕਿਸੇ ਕੋਲ ਕੋਈ ਵੀ ਮਸ਼ੀਨਰੀ ਹੈ, ਕੋਠੀ ਹੈ, ਘਰ, ਮਕਾਨ ਹੈ, ਤੁਸੀਂ ਵੇਚਣਾ ਚਾਹੁੰਦੇ ਹੋ, ਆਪਣੇ ਕੋਲ ਭੇਜ ਕੇ ਐਡ ਕਰਵਾ ਸਕਦੇ ਹੋ।
ਆਪਣਾ ਕੋਈ ਕਮਿਸ਼ਨ ਖਰਚਾ ਵਰਚਾ ਕੁਛ ਨਹੀਂ ਹੁੰਦਾ ਜੀ।